ਕਾਜੀ ਅਸਲਾਮ ਅਲੈਕੁਮ ਜਨਾਬ ਨੁਕਰੇ ਵਛੇਰੇ ਦੇ ਨਾਲ ਜਿਹੜਾ ਵਛੇਰੇ ਦੇ ਨਾਲ ਜਨਾਬ ਘੋੜੀ ਫੋਰ ਸੇਲ ਤੇ ਇਹ ਨੁਕਰਾ ਵਛੇਰਾ ਹੈਗਾ ਜੀ ਇਹਨਾਂ ਦਾ ਇਹ ਪਿੱਛੇ ਪਿੱਛੇ ਟੁਰਿਆ ਜਾਂਦਾ ਜੀ ਤੇ ਇਹ ਵੀ ਜਾਂ ਮੌਲ ਸਾਹਿਬ ਤੇਰਾ ਗੱਲ ਤਾਂ ਸੁਣਿਆ ਜੇ ਲਓ ਜੀ ਮਾਸ਼ਾ ਅੱਲਾ ਆਵਾਜ਼ ਦੇ ਦਿੱਤੀ ਹੈ ਤੇ ਵੀਰ ਹੋਰੇ ਖਲੋ ਗਏ ਨੇ ਜੀ ਅਸਲਾਮ ਅਲੈਕੁਮ ਜਨਾਬ ਤੇ ਵੀਰ ਜੀ ਕੀ ਨਾਂ ਕੀ ਆਪਣਾ ਜੀ ਆਫ ਸਾਹਿਬ ਤੁਸੀਂ ਕਿਹੜੀ ਜਗ੍ਹਾ ਤੋਂ ਤਸ਼ਰੀਫ ਲੈ ਕੇ ਆਏ ਜੀ ਜੇਲਮ ਤੋਂ ਮਾਸ਼ਾ ਅੱਲਾ ਮਾਸ਼ਾ ਅੱਲਾ ਲਓ ਜੀ ਆਫ ਸਾਹਿਬ ਜੇਲਮ ਤੋਂ ਆਏ ਨੇ ਤੇ ਆਫ ਸਾਹਿਬ ਮਾਸ਼ਾ ਅੱਲਾ ਮੰਡੀ ਦੇ ਵਿੱਚ ਫਰੋਖਤ ਕਰਨ ਵਾਸਤੇ ਲਿਆ ਜੇ ਐਡੀ ਦੂਰੋਂ ਹੋਰ ਵੀ ਜਾਨਵਰ ਲਿਆਉਂਦੇ ਜੀ ਕਿ ਬਸ ਦੋ ਹੀ ਨੇ ਹੋਰ ਵੀ ਜਾਨਵਰ ਤੇ ਜਨਾਬ ਇਹ ਨੁਕਰਾ ਵਛੇਰਾ ਨਾਲ ਇਹ ਘੋੜੀ ਹੈਗੀ ਹੈ ਤੇ ਘੋੜੀ ਦੀ ਕੀ ਕੀਮਤ ਮੰਗ ਰਿਹਾ ਜੇ ਵਛੇਰੇ ਦੇ ਨਾਲ ਸਾਢੇ ਤਿੰਨ ਲੱਖ ਰੁਪਈਆ ਯਾਨੀ ਵਛੇਰਾ ਵੀ ਨਾਲ ਤੇ ਘੋੜੀ ਵੀ ਨਾਲ ਤੇ ਜਨਾਬ ਸਾਢੇ ਤਿੰਨ ਲੱਖ ਰੁਪਈਆ ਲਓ ਜੀ ਆਪ ਸਾਹਿਬ ਤੁਹਾਡੇ ਨਾਲ ਗੱਲ ਵੀ ਕਰਨੇ ਆ ਤੇ ਜਰਾ ਵਛੇਰਾ ਮੈਂ ਤੁਹਾਨੂੰ ਵਿਖਾ ਦੇਵਾਂ ਲੋਕਾਂ ਨੂੰ ਕਿ ਜਿਹੜੇ ਸ਼ੌਕੀਨ ਹਜ਼ਰਾਤ ਨੇ ਜਿਹੜੇ ਵਛੇਰਾ ਲੈਣ ਦੇ ਖੁਆਇਸ਼ਮੰਦ ਨੇ ਨੁਕਰੇ ਰੰਗ ਦਾ ਵਛੇਰਾ ਤੁਸੀਂ ਲੈਣਾ ਚਾਹੋ ਤੇ ਇਹ ਦੇਖੋ ਜੀ ਨੁਕਰੇ ਰੰਗ ਦਾ ਵਛੇਰਾ ਜਨਾਬ ਫੋਰ ਸੇਲ ਹੈਗਾ ਤੇ ਘੋੜੀ ਵੀ ਨਾਲ ਤੁਹਾਨੂੰ ਮਿਲੇਗੀ ਔਰ ਆਪ ਸਾਹਿਬ ਘੋੜੀ ਕ੍ਰਾਸ ਕਰਵਾਈ ਜੇ ਅੱਗੇ ਘੋੜੀ ਕ੍ਰਾਸ ਲਓ ਜੀ ਘੋੜੀ ਕ੍ਰਾਸ ਹੈਗੀ ਜੀ ਜਨਾਬ ਤੇ ਨੁਕਰੇ ਰੰਗ ਦਾ ਜਨਾਬ ਵਛੇਰਾ ਹੈਗਾ ਜੀ ਹਾਫਿਜ਼ ਸਾਹਿਬ ਜ਼ਿਲਮ ਤੋਂ ਤਸ਼ਰੀਫ ਲੈ ਕੇ ਆਏ ਜੇ ਤੇ ਇਹ ਦੇਖੋ ਇਹ ਘੋੜੀ ਵੀ ਜਿਹੜੀ ਹੈ ਔਰ ਉਹਦੀਆਂ ਅੱਖਾਂ ਜਿਹੜੀਆਂ ਹੈਗੀਆਂ ਨੇ ਉਹ ਵਾਈਟ ਕਲਰ ਦੀਆਂ ਉਹਦੀ ਆਈਜ਼ ਜਿਹੜੀ ਵਛੇਰੇ ਦੀ ਅੱਖਾਂ ਹੈਗੀਆਂ ਨੇ ਉਹ ਜਨਾਬ ਵਾਈਟ ਕਲਰ ਦੀਆਂ ਜੇ ਹੱਥ ਪੈਰ ਸਾਫ਼ ਹੈਗੇ ਨੇ ਘੋੜੀ ਦੇ ਵੀ ਹੱਥ ਪੈਰ ਸਾਫ਼ ਨੇ ਤੇ ਲਓ ਜੀ ਹਾਫਿਜ਼ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਹਾਫਿਜ਼ ਸਾਹਿਬ ਇਹਦੇ ਵਿੱਚ ਕੋਈ ਕੀਮਤ ਦੇ ਵਿੱਚ ਕੋਈ ਫਰਕ ਹੋ ਜਾਏਗਾ ਕੋਈ ਪਿਆਰ ਮੁਹੱਬਤ ਇਹਦੇ ਵਿੱਚ ਜਨਾਬ ਕੀਮਤ ਦੇ ਵਿੱਚ ਕੋਈ ਤਿੰਨ ਲੱਖ ਰੁਪਇਆ ਤੇ ਆਪ ਸਾਹਿਬ ਆਪਣਾ ਕੋਈ ਕੰਟੈਕਟ ਨੰਬਰ ਕੋਈ ਜੀ 0347 0345 ਜੀ 40 82 83 331 ਵਟਸਐਪ ਤੁਹਾਡਾ ਨੰਬਰ ਹੈ ਜੀ ਲਓ ਜੀ ਵਟਸਐਪ ਵੀ ਮਾਸ਼ਾ ਅੱਲਾ ਇਹੋ ਨੰਬਰ ਹੈ ਅਗਰ ਤੁਸੀਂ ਕੋਈ ਤਸਵੀਰਾਂ ਵੀ ਕੋਨੋ ਕੋਲੋਂ ਵੀਡੀਓ ਤੋਂ ਇਲਾਵਾ ਵੀ ਤੁਸੀਂ ਮੰਗਾਉਣਾ ਚਾਹੋ ਤਾਂ ਤੁਸੀਂ ਮੰਗਾ ਸਕਦੇ ਜੇ ਅਸੀਂ ਦੁਆ ਕਰਨੇ ਆਫ ਸਾਹਿਬ ਤੁਹਾਡੀ ਇੱਥੇ ਸੇਲ ਹੋ ਜਾਵੇ ਤੇ ਜੇ ਅਗਰ ਫਰਜ਼ ਕੀਤਾ ਅੱਲਾ ਨੇ ਜਿਵੇਂ ਅੱਲਾ ਦੀ ਮਨਸ਼ਾ ਹੈ ਤੇ ਇਨਸ਼ਾਅੱਲਾ ਤੁਸੀਂ ਰਾਬਤਾ ਤੁਸੀਂ ਕਰ ਸਕਦੇ ਜੇ ਲਓ ਜਨਾਬ ਮੀਨਪੁਰ ਮੰਡੀ ਦਾ ਜਨਾਬ ਤੁਸੀਂ ਵਿਜ਼ਿਟ ਕੀ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਔਰ ਜਾਨਵਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਸ਼ਾਅੱਲਾ ਖੁਆਇਸ਼ਮੰਦ ਹਜ਼ਰਾਤ ਜਿਹੜੇ ਕੋਈ ਦੋਸਤ ਮੈਨੂੰ ਕਹਿੰਦੇ ਸੀ ਜਨਾਬ ਬਾਬਾ ਜੀ ਕੋਈ ਵਛੇਰਾ ਸਾਨੂੰ ਲੱਭ ਕੇ ਦਿਓ ਬਾਬਾ ਜੀ ਸਾਨੂੰ ਕੋਈ ਨੁਕਰਾ ਵਛੇਰਾ ਲੱਭ ਕੇ ਦਿਓ ਲਓ ਜੀ ਨੁਕਰਾ ਵਛੇਰਾ ਅਸੀਂ ਤੁਹਾਨੂੰ ਲੱਭ ਦਿੱਤਾ ਜੇ ਤੇ ਜੇਲਮ ਦੇ ਵਿੱਚੋਂ ਪਾਈ ਰਹੇ ਨੇ 3 ਲੱਖ ਰੁਪਏ ਡਿਮਾਂਡ ਕਰਦੇ ਪਏ ਜੇ ਹੁਣ ਕਈ ਦੋਸਤ ਕਹਿਣਗੇ ਬਾਬਾ ਜੀ ਅਸੀਂ ਤਾਂ ਉਹ ਲੈਣਾ ਸੀ ਤੇ ਜਨਾਬ ਇਹ ਤਾਂ ਤੁਹਾਨੂੰ ਪਤਾ ਮੰਡੀ ਦੇ ਵਿੱਚ ਮੌਜੂਦਾ ਦੀ ਗੱਲ ਹੈਗੀ ਹੈ ਮੌਜੂਦਾ ਬੰਦੇ ਕੋਲ ਉਹ ਅਖਤਿਆਰਾਤ ਹੋਣ ਮੌਜੂਦਾ ਪੈਸੇ ਹੋਣ ਤੁਸੀਂ ਵਛੇਰਾ ਇਹ ਤੁਸੀਂ ਖਰੀਦ ਸਕਦੇ ਜੇ ਇੱਕ ਆਈਜ਼ਨ ਦੀ ਸਫੇਦ ਹੈਗੀ ਜੇ ਇੱਕ ਇਹਦੀ ਬਲੈਕ ਹੈਗੀ ਜੇ ਇਹ ਵਛੇਰੇ ਦੀ ਤੇ ਮਾਸ਼ਾਅੱਲਾ ਹੱਥ ਪੈਰ ਦਾ ਮਾਸ਼ਾਅੱਲਾ ਸਾਫ਼ ਹੈਗਾ ਪਿਓ ਸਾਫ਼ ਪਿਓ ਨੁਕਰਾ ਕੋਈ ਜਿਸਮ ਦੇ ਉੱਤੇ ਜਨਾਬ ਉਹ ਛਾਪਾ ਛੁਪਾ ਨਹੀਂ ਹੈਗਾ ਉਹਨਾਂ ਨੇ ਜਾਨਵਰਾਂ ਦੇ ਛਾਪਾ ਛੁਪਾ ਹੋਵੇ ਔਰ ਹਾਫਿਜ਼ ਸਾਹਿਬ ਜਿਹੜੇ ਵਪਾਰੀ ਨੇ ਜਨਾਬ ਇੱਥੇ ਹੋਰ ਵੀ ਜਾਨਵਰ ਜਿਹੜੇ ਉਹ ਲੈ ਕੇ ਆਏ ਨੇ ਤਾਂ ਕਿ ਇੱਥੇ ਮੰਡੀ ਦੇ ਵਿੱਚ ਸੇਲ ਕਰਨ ਕਿਉਂਕਿ ਜਨਾਬ ਇੱਥੇ ਜ਼ਿਆਦਾਤਰ ਲੋਕ ਇਸ ਵਾਸਤੇ ਆਉਂਦੇ ਨੇ ਕਿ ਮੰਡੀ ਪਾਕਿਸਤਾਨ ਦੀ ਸਭ ਨਾਲੋਂ ਵੱਡੀ ਮੰਡੀ ਹੈ ਅਗਰ ਤੁਸੀਂ ਕਹੋ ਕਿ ਪਾਕਿਸਤਾਨ ਦੇ ਵਿੱਚ ਕਿੰਨੇ ਕੁ ਜਾਨਵਰ ਜਾਂ ਕਿੰਨੀਆਂ ਮੰਡੀਆਂ ਲੱਗਦੀਆਂ ਨੇ ਤਾਂ ਅਮੀਨਪੁਰ ਬੰਗਲਾ ਜਿਹੜੀ ਮੰਡੀ ਹੈ ਉਹ ਜਨਾਬ ਫਸਟ ਨੰਬਰ ਦੇ ਉੱਤੇ ਹੈਗੀ ਹੈ ਔਰ ਦੇਖੋ ਜਾਨਵਰ ਲੈਣ ਵਾਸਤੇ ਲੋਕ ਆ ਵੀ ਗਏ ਤੇ ਲਓ ਜਨਾਬ ਮਜ਼ੀਦ ਜਿਹੜਾ ਮਾਸ਼ਾਅੱਲਾ ਤੁਹਾਨੂੰ ਹੋਰ ਜਾਨਵਰ ਵਿਖਾਉਣੇ ਆ ਸਾਡੀ ਇਹ ਨੁਕਰੇ ਵਾਲੀ ਵੀਡੀਓ ਜਿਹੜੀ ਹੈ ਤੁਹਾਨੂੰ ਅੱਛੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜਨਾਬ ਤੇ ਨਾਲ ਹੀ ਵੀਰ ਜੀ ਇੱਕ ਇਹ ਬਲੈਕ ਰੰਗ ਦਾ ਘੋੜਾ ਹੈਗਾ ਜੇ ਤੇ ਬਲੈਕ ਰੰਗ ਦਾ ਹੋ ਗਿਆ ਪਸੀਨੇ 'ਚ ਅਤੇ ਇਹ ਪਤਾ ਨਹੀਂ ਮਾਲਕ ਮੂਲ ਕਹਿੰਦਾ ਕਿੱਥੇ ਹੈਗਾ ਹਾਂ ਜੀ ਆ ਜਾ ਇੱਧਰ ਲਓ ਜੀ ਮਾਲਕ ਵੀ ਲੱਭ ਗਿਆ ਜੀ ਆ ਵੇਖੋ ਇਹ ਮਾਲਕ ਹੈਗਾ ਜੀ ਉੱਤੇ ਅੱਲਾ ਮਾਲਕ ਹੈ ਜਨਾਬ ਇੱਥੇ ਵੀ ਅੱਲਾ ਹੀ ਮਾਲਕ ਅਤੇ ਵੀਰ ਜੀ ਕਿੰਨੇ ਪੈਸੇ ਹੁੰਦੇ ਮੁਸ਼ਕਿਲ ਇਹਦਾ 2.5 ਲੱਖ ਰੁਪਈਆ ਜੀ ਇਹ ਨੱਚਦਾ ਨੁੱਚਦਾ ਨੱਚਦਾ ਹੈ ਨੇਜ਼ਾਬਾਜ਼ੀ ਕਰਦਾ ਹੈ ਨੇਜ਼ਾਬਾਜ਼ ਵੀ ਹੈ ਜਨਾਬ ਅਤੇ ਨੱਚਦਾ ਵੀ ਹੈ ਅਤੇ 2.5 ਲੱਖ ਰੁਪਈਆ ਜਨਾਬ ਇਸ ਘੋੜੇ ਦੇ ਗਏ ਜੇ ਅਤੇ ਘੋੜਾ ਮਾਸ਼ਾਅੱਲਾ ਬਹੁਤ ਗਰਮਬਾਜ਼ ਦੇ ਔਰ ਠੰਡੀ ਤਬੀਅਤ ਦਾ ਜੇ ਸਾਰਾ ਨੁੱਚਦਾ ਪਿਆ ਜੇ ਪਾਣੀ ਨਾਲ ਅਤੇ ਜਨਾਬ ਅਸੀਂ ਫਿਰ ਅਗਰ ਖੁਆਇਸ਼ਮੰਦ ਘੋੜੇ ਦਾ ਕੋਲ ਹੋਵੇ ਅਤੇ ਇਹਦੀ ਜਿਹੜੀ ਉਮਰ ਕਿੰਨੀ ਕੁ ਹੋ ਗਈ ਹੈ 7-8 ਸਾਲ ਹੋ ਗਏ ਲਓ ਜਨਾਬ 7-8 ਸਾਲ ਹੋ ਗਏ ਸੂਏ ਜਿਹੜੇ ਤੁਹਾਨੂੰ ਇੱਥੋਂ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਪਾਉਣੇ ਨੇ ਅਤੇ ਨੰਬਰ ਅਸੀਂ ਵੀਰ ਜੀ ਉਹਨਾਂ ਦੇ ਨਾਲ ਤੁਹਾਡਾ ਸ਼ੇਅਰ ਕਰਨੇ ਆ ਦੁਬਾਰਾ ਫਿਰ ਅਗਰ ਮੁਸ਼ਕਿਲ ਘੋੜੇ ਦਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਜੇ ਨੰਬਰ ਆਪਦਾ ਸ਼ੇਅਰ ਕਰ 0306 0306 51 58 ਆਹੋ 51 58 386 386
386 ਜਣੀ ਹਾਂ ਤਾਂ ਯਾਰ ਇਹ ਨਹੀਂ ਪਤਾ ਲੱਗਦਾ ਤੇ ਲੋ ਜਨਾਬ ਮਾਸ਼ਾਅੱਲਾ ਵੀਡੀਓ ਸਾਡੀ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਤੇ ਇਹ ਮੁਸ਼ਕਿਲ ਰੰਗ ਦਾ ਵੀ ਘੋੜਾ ਜਨਾਬ ਇਹਨਾਂ ਦੇ ਕੋਲੇ ਰਮਜ਼ਾਨ ਦੇ ਕੋਲੇ ਤੇ ਨਾਲ ਇਹਦੇ ਕੋਲੇ ਘੋੜੀ ਤੇ ਕਬਸ਼ੇਰੀ ਵੀ ਇਹਦੇ ਕੋਲੇ ਖੈਰ ਇਹ ਘੋੜਾ ਵੀ ਜਨਾਬ ਆਪਣੇ ਕੋਲ ਵੀ ਆਪਣੇ ਹਾਂ ਇੱਕ ਜਿਹੜਾ ਤਸ਼ਰੀਫ ਲੈ ਕੇ ਆਏ ਜੇ ਜ਼ਿਲ੍ਹਾ ਜੰਗ ਤੋਂ ਤੇ ਜਨਾਬ ਤੁਸੀਂ ਵਪਾਰੀ ਜੇ ਤੁਸੀਂ ਸ਼ੌਕੀਨ ਹਜ਼ਰਾਤ ਜੇ ਤੇ ਜਨਾਬ ਕਾਫੀ ਮਾਸ਼ਾਅੱਲਾ ਤੁਸੀਂ ਸਫ਼ਰ ਕਰਕੇ ਆਏ ਜੇ ਕਿਸ ਤਰ੍ਹਾਂ ਦੀ ਮੰਡੀ ਦਾ ਵਿਜ਼ਿਟ ਕੀਤਾ ਹੁਣ ਤੀਕਰ ਕੀ ਰਿਜ਼ਲਟ ਹੈ ਤੁਹਾਡੇ ਦਿਮਾਗ 'ਚ ਇਸ ਮੰਡੀ ਦੇ ਬਾਰੇ ਭਾਈ ਜਾਨ ਇੱਥੇ ਪੈਸੇ ਨਾਲ ਗੇਮ ਚੱਲਦੀ ਹੈ ਜੀ ਜਿੰਨਾ ਗੋੜ ਇਤਨਾ ਮਿੱਠਾ ਜਿੰਨਾ ਗੋੜ ਉਹਨਾਂ ਮਿੱਠਾ ਉਹਨਾਂ ਮਿੱਠਾ ਅੱਛਾ ਜਿੰਨਾ ਪੈਸਾ ਦੇ ਸੋਚ ਨਹੀਂ ਅੱਛੀ ਗੋੜੀ ਮਿਲ ਜਾਂਦੀ ਬਿਲਕੁਲ ਸਹੀ ਹੈ ਤੇ ਜਨਾਬ ਸ਼ੌਕੀਨ ਜਿਹੜੇ ਹਜ਼ਰਾਤ ਹੈਗੇ ਨੇ ਜਿਹੜੇ ਸਾਡੇ ਨਵਾਂ ਨਵਾਂ ਸ਼ੌਕ ਵੱਧ ਰਿਹਾ ਔਰ ਸ਼ੌਕੀਨ ਹਜ਼ਰਾਤ ਵਾਸਤੇ ਕੀ ਮੈਸੇਜ ਦਿਓਗੇ ਨਵੇਂ ਨਵੇਂ ਜਿਹੜੇ ਬੱਚੇ ਉੱਠੇ ਸ਼ੌਕੀਨ ਹਜ਼ਰਾਤ ਵਾਸਤੇ ਮੈਸੇਜ ਹੈ ਘੋੜੀਆਂ ਰੱਖਣ ਉਹਨਾਂ ਨੂੰ ਅਗਰ ਰੱਖਣਾ ਹੈ ਅਗਰ ਰੱਖਣ ਵਾਸਤੇ ਲੈਣੀ ਹੈ ਇਹਨਾਂ ਨੂੰ ਤਿਆਰ ਕਰਨ ਇਹ ਬਹੁਤ ਬੜਾ ਬਿਜ਼ਨਸ ਹੈ ਬਹੁਤ ਬੜਾ ਬਿਜ਼ਨਸ ਹੈ ਸਾਡੇ ਜੱਟ ਲੋਕ ਆਖਦੇ ਨੇ ਕਿ ਘੋੜੀ ਤੇ ਹਰ ਸਾਲ 'ਚ ਸੋਨਾ ਦਿੰਦੀ ਹੈ ਜੀ ਲੱਖ ਦੀ ਵਿਕੀ ਤੇ ਤੋਲਾ 2 ਲੱਖ ਦੀ ਤੇ 2 ਤੋਲੇ 3 ਲੱਖ ਦੀ ਤੇ 3 ਤੋਲੇ ਗੋਲੀ ਤਾਂ ਸੋਨਾ ਬਿਲਕੁਲ ਸਹੀ ਸ਼ੌਕੀਨ ਨਜ਼ਰਾਤ ਵਾਸਤੇ ਵੈਸੇ ਵੀ ਇਸ ਨੂੰ ਰੱਖਣਾ ਵੀ ਸਵਾਬ ਹੈ ਬਿਲਕੁਲ ਸਹੀ ਪੁਰਾਣਾ ਸ਼ੌਕੀਨ ਨਜ਼ਰ ਆਇਆ ਬਈ ਨਵਾਂ ਨੂੰ ਸ਼ੌਕੀਨ ਕਰਨ ਦਾ ਹਾਂ ਕਰਨ ਦਾ ਅੱਛਾ ਜਨਾਬ ਤੁਸੀਂ ਇਸ ਨਵੇਂ ਸ਼ੌਕੀਨ ਜੇ ਤੇ ਪੁਰਾਣੇ ਸ਼ੌਕੀਨ ਜੇ ਅਸੀਂ ਨਵੇਂ ਨਵੇਂ ਵੀ ਹੈ ਤੇ ਪੁਰਾਣੇ ਵੀ ਪੁਰਾਣੇ ਅੱਛਾ ਜਾਨਵਰ ਖਰੀਦਣ ਵਾਸਤੇ ਇੱਕ ਨਵਾਂ ਬੰਦਾ ਕਿਹੜੀਆਂ ਚੀਜ਼ਾਂ ਦਾ ਇਹਤਿਆਤ ਕਰੇ ਉਹਨੂੰ ਵੇਖਣਾ ਚਾਹੀਦਾ ਕਿ ਬੱਚੇ ਦੇ ਵਿੱਚ ਸ਼ਰਾਫਤ ਕਿਤਨੀ ਅੱਛਾ ਯਾਨੀ ਕਿ ਹੁਣ ਇਹ ਬਸ਼ੇਰੀ ਲਾ ਲਓ ਇਹ ਬਹੁਤ ਹੀ ਸ਼ਰੀਫ ਹੈ ਬਿਲਕੁਲ ਠੀਕ ਹੈ ਤੁਸੀਂ ਇਹ ਕਿਵੇਂ ਤੁਹਾਨੂੰ ਪਸੰਦ ਚੈੱਕ ਕੀਤੀ ਤੁਸੀਂ ਇਹ ਹੁਣ ਵਧੀ ਖਲੋਤੇ ਆ ਹਾਂ ਆਮ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਸ਼ਰੀਫ ਨਾ ਹੁੰਦੀ ਤੇ ਹੱਥ ਵੀ ਨਾ ਰੱਖਣ ਦੇਂਦੀ ਹੱਥ ਵੀ ਨਾ ਰੱਖਣ ਦੇਂਦੀ ਹੱਥ ਵੀ ਨਾ ਰੱਖਣ ਦੇਂਦੀ ਇਹਨੇ ਟੱਪਣਾ ਸੀ ਭਜਣਾ ਸੀ ਭਜਣਾ ਸੀ ਇਹ ਹੁਣ ਬੱਚਿਆਂ ਨੂੰ ਅਗਰ ਬੱਚੇ ਪਕੜ ਲੈਣ ਇਹਨਾਂ ਨੂੰ ਕੋਈ ਮਸਲਾ ਨਹੀਂ ਅੱਛਾ ਇਹ ਘਰ ਦੇ ਵਿੱਚ ਜੋ ਬੱਚੇ ਔਰਤ ਰਮਜ਼ਾਨ ਕੱਲੀ ਬਸ਼ੇਰੀ ਦੇਣੀ ਹੈ ਜੀ ਆ ਕਿੰਨੇ ਪੈਸੇ ਨੇ ਕੱਲੀ ਦੇ 80,000 ਉਹ ਤਾਂ ਨਾ ਦੇਣ ਵਾਲੀ ਗੱਲ ਹੈ ਨਾ ਦੇ ਇਹ ਤੇ ਗੱਲ ਹੈ ਬਾਬਾ ਮੈਂ ਨਾ ਕਿ ਸ਼ਾਇਦ ਹੋ ਸਕਦਾ ਮੈਂ ਉਹਨੂੰ ਅੱਕ ਲੈ ਲੈ ਜਾਂ ਉਹਨੂੰ ਸ਼ਾਇਦ ਪਸੰਦ ਆ ਜਾਵੇ ਆਈ ਤਾਂ ਖੜੀ ਹੈ ਸਾਰੀ ਗੱਲ ਹੀ ਹੈ ਅਰੇ ਭਈ ਇਹ ਵੀ ਗੱਲ ਹੈ ਅੱਛਾ ਜੀ ਆਪਣੀ ਗੁਫ਼ਤਗੂ ਜਿਹੜੀ ਜਾਰੀ ਰੱਖੋ ਤੁਸੀਂ ਕਿ ਮਾਸ਼ਾਅੱਲਾ ਬਹੁਤ ਸ਼ਰੀਫ ਹੈ ਹੋਰ 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 ਕਿਹੜੀ ਚੀਜ਼ ਦੇਖਣੀ ਚਾਹੀਦੀ ਹੋਰ ਬਾਬੇ ਦੀ ਵੇਖਣੀ ਚਾਹੀਦੀ ਹੈ ਲੱਤਾਂ ਅੱਛਾ ਇਹ ਚਲਦੀ ਕਿਵੇਂ ਤੇ ਲੱਤਾਂ ਦੇ ਵਿੱਚੋਂ ਜਨਾਬ ਕੀ ਵੇਖਣਾ ਚਾਹੀਦਾ ਗਾਮਚੀਆਂ ਵੇਖਣੀ ਚਾਹੀਦੀ ਹੋਰ ਵੇਖਣੀਆਂ ਚਾਹੀਦੀਆਂ ਨੇ ਗਾਮਚੀ ਛੋਟੀ ਹੋਣੀ ਚਾਹੀਦੀ ਹੈ ਪੂਰੀ ਜਿਹੜੀ ਇਸ ਦੀ ਕਿਸ ਤਰੀਕੇ ਉਹਨਾਂ ਦੀ ਸਫੈਦ ਨੇ ਜਿਹੜੇ ਦੀਆਂ ਬਲੈਕ ਹੁੰਦੀਆਂ ਤੇ ਉਹ ਜ਼ਿਆਦਾ ਖੂਬਸੂਰਤ ਬਿਲਕੁਲ ਠੀਕ ਯਾਨੀ ਬਲੈਕ ਗਾਮਚੀਆਂ ਹੁੰਦੀਆਂ ਨੇ ਹਾਂਜੀ ਇਹ ਖੁਰ ਖੁਰ ਜੀ ਖੁਰ ਬਲੈਕ ਹੁੰਦੇ ਇਹਦੇ ਚਾਰੇ ਵਾਈਟ ਹੈਗੇ ਨੇ ਲਓ ਜਨਾਬ ਮਾਸ਼ਾਅੱਲਾ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਨਾਮ ਇਸਮੇ ਗ੍ਰਾਮੀ ਕੀ ਹੈ ਅਬਦੁਲ ਰਜ਼ਾਕ ਤੇ ਜਨਾਬ ਰਜ਼ਾਕ ਭਾਈ ਕਿਹੜੇ ਕਿਹੜੇ ਦੋਸਤ ਲੈ ਕੇ ਆਏ ਜਨਾਬ ਜੀ ਆਮਰ ਭਾਈ ਹੈ ਜੀ 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 ਆਮਰ ਭਾਈ ਇਹ ਬਾਬਾ ਨਜ਼ਾਕਤ ਅਲੀ ਜੀ ਜੀ ਬਿਸਮਿਲ੍ਲਾ ਲਓ ਜਨਾਬ ਖੁਸ਼ ਆਮਦੀ ਜਨਾਬ ਤੁਹਾਨੂੰ ਜੀ ਬਿਸਮਿਲ੍ਲਾ ਲਓ ਜਨਾਬ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਔਰ ਜਿਹੜੇ ਦੋਸਤ ਤੁਹਾਡੀਆਂ ਗੱਲਾਂ ਸੁਣ ਰਹੇ ਨੇ ਇਨਸ਼ਾਅੱਲਾ ਤਾਲਾ ਉਮੀਦ ਕਰਨੇ ਆ ਕਿ ਉਹਨਾਂ ਨੂੰ ਮੁਸਤਫੀਦ ਹੋਣਗੇ ਤੁਹਾਡੀ ਗੁਫ਼ਤਗੂ ਤੋਂ ਤੇ ਜਨਾਬ ਇਨਸ਼ਾਅੱਲਾ ਵੀਡੀਓ ਦਾ ਐਂਡ ਕਰਨੇ ਆ ਜਨਾਬ ਤੇ ਵੀਡੀਓ ਸਾਡੀ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਸਾਡੇ ਚੈਨਲ ਨੂੰ ਵੀ ਜਨਾਬ ਸਬਸਕ੍ਰਾਈਬ ਕਰਿਆ ਜੇ ਅੱਲਾ ਹਾਫਿਜ਼ ਜਨਾਬ